ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਾਂਗਾ ਕਾਨੂੰਨ ਜੋ ਮੈਨੂੰ ਸਜ਼ਾ ਦੇਵੇਗਾ ਮੈਂ ਭੁਗਤਣ ਲਈ ਤਿਆਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਗੁਰਮੀਰ ਸਿੰਘ ਪਿੰਡ ਕੁਠਾਲਾ ਜੋ ਪਿੰਡ ਕੁਠਾਲੇ ਵਿਖੇ ਭਗਤ ਰਵਦਾਸ ਮਹਾਰਾਜ ਜੀ ਦੇ ਪਾਵਨ ਬਵਿੱਤਰ ਸਥਾਨ ਤੇ ਇੱਕ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹਾਂ ਪਿਛਲੇ ਕਾਫੀ ਸਮੇਂ ਤੋਂ ਲੈ ਕੇ ਕਰਕੇ ਭਗਤ ਰਵਦਾਸ ਮਹਾਰਾਜ ਜੀ ਦੇ ਪਾਵਨ ਬਵਿੱਤਰ ਸਥਾਨ ਤੇ ਭਗਤ ਰਵਦਾਸ ਮਹਾਰਾਜ ਜੀ ਦੇ 643ਵੇਂ ਅਵਤਾਰਪੁਰਬ ਦਿਹਾੜੇ ਨੂੰ ਮੁੱਖ ਰੱਖਦੇ ਆ ਇੱਕ ਉਤਰੀ ਸਮਾਗਮ ਆਰੰਭ ਕੀਤਾ ਗਿਆ ਸੀ ਜਿਸ ਦੇ ਵਿੱਚ ਮਾਇਆ ਦੀ ਦਿੱਕਤ ਹੋਣ ਕਰਕੇ ਪ੍ਰਬੰਧਕਾਂ ਦੇ ਨਾਲ ਰਲ ਕੇ ਪ੍ਰਬੰਧਕਾਂ ਦੇ ਨਾਲ ਬੇਨਤੀ ਸਾਂਝੀ ਕੀਤੀ ਕਿ ਆਪਾਂ ਨੂੰ ਮਾਇਆ ਦੀ ਕਾਫੀ ਲੋੜ ਹੈ ਜਿਹਦੇ ਸੰਬੰਧ ਵਿੱਚ ਇੱਕ ਕਮੇਟੀ ਪਾਈ ਗਈ ਜਿਸ ਕਮੇਟੀ ਦਾ ਨਾਂ ਰੱਖਿਆ ਗਿਆ ਕਰਪਲਾ ਹੂ ਭਲਾ ਅੰਤ ਭਲੇ ਦਾ ਭਲਾ ਉਸ ਕਮੇਟੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਆਪਣੇ ਮਨ ਕਰਕੇ ਮਾਇਆਦਾਨ ਕੀਤੀ ਜੋ ਇੱਕ ਘੋਸ਼ਣਾ ਪੱਤਰ ਉੱਪਰ ਸਾਇਨ ਕਰਕੇ ਇਹ ਕਿਹਾ ਗਿਆ ਸੀ ਵੀ ਇਹ ਮਾਇਆ ਮੈਂ ਲੈਣ ਦਾ ਹੱਕਦਾਰ ਨਹੀਂ ਹਾਂ ਕੱਲ ਨੂੰ ਇਹ ਮਾਇਆ ਮੈਨੂੰ ਵੇਖ ਸਕ ਨਾ ਮਿਲੇ ਔਰ ਮੈਂ ਇਹ ਸੇਵਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਕਰ ਰਿਹਾ ਹਾਂ ਗੁਰੂ ਘਰ ਨੂੰ ਦਾਨ ਦੇ ਰਿਹਾ ਹਾਂ ਨਾ ਕਿਸੇ ਪ੍ਰਬੰਧਕ ਨੂੰ ਨਾ ਕਿਸੇ ਗ੍ਰੰਥੀ ਨੂੰ ਪਰ ਇਹ ਸੇਵਾ ਚਲਦਿਆਂ ਚਲਦਿਆਂ ਇਸ ਕਮੇਟੀ ਨੇ ਇੱਕ ਇਹੋ ਜੀ ਸਪੀਚ ਪਕੜੀ ਕਿ ਵਿਅੰਤ ਸੰਗਤਾਂ ਵੱਲੋਂ ਮਾਇਆ ਦਿੱਤੀ ਗਈ ਜਿੰਨੀ ਮਾਇਆ ਇਕੱਤਰ ਹੁੰਦੀ ਰੋਜ਼ਾਨਾ ਸ਼ਾਮ ਦੇ ਸਮੇਂ ਸਾਰੇ ਦੀ ਸਾਰੀ ਮਾਇਆ ਲੰਗਰ ਪਾਣੀ ਜੋਗਰੀ ਰੱਖ ਕੇ ਦਾਨ ਕੀਤੀ ਜਾਂਦੀ ਸੀ ਉਹ ਮਾਇਆ ਕੇਵਲ ਉਹਨਾਂ ਨੂੰ ਹੀ ਦਾਨ ਕੀਤੀ ਜਾਂਦੀ ਲੋੜਵੰਦਾਂ ਨੂੰ ਦਾਨ ਕੀਤੀ ਜਾਂਦੀ ਨਗਰ ਦੇ ਵਿੱਚ ਲਾਈਟਾਂ ਤੋਂ ਲੈ ਕਰਕੇ ਜਨਰੇਟਰ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਦੋ ਗੁਰੂ ਘਰ ਜੋ ਜਨਰੇਟਰ ਦਿੱਤਾ ਗਿਆ ਭਗਤ ਰਵਦਾਸ ਮਹਾਰਾਜ ਜੀ ਦੇ ਸਾਨ ਤੇ ਬਾਬਾ ਤਾਰਾ ਸਿੰਘ ਦੇ ਸਾਨ ਤੇ ਹੋਰ ਵੀ ਨੇੜੇ ਤੇੜੇ ਅਖੰਡ ਪੜ੍ਹ ਸਾਧ ਦੀਆਂ ਲੜੀਆਂ ਰੰਗ ਕੀਤੀਆਂ ਪਰ ਇਹ ਬਹੁਤ ਹੀ ਪਰਭੁਲਤ ਹੋਇਆ ਕਠਾਲਾ ਹੀ ਕਠਾਲਾ ਚਾਰੇ ਪਾਸੇ ਜਦੋਂ ਹੋਣ ਲੱਗੀ ਤਾਂ ਕੁਝ ਲੋਕਾਂ ਨੂੰ ਇਹ ਸਿਸਟਮ ਚੰਗਾ ਨਾ ਲੱਗਿਆ ਇਹ ਸਿਸਟਮ ਨੂੰ ਬੰਦ ਕਰਵਾ ਦਿੱਤਾ ਗਿਆ ਕੁਝ ਸਮਾਂ ਬੰਦ ਹੋਣ ਕਰਕੇ ਦਾਸ ਨੂੰ ਵੀ ਇੱਕ ਬਹੁਤ ਭਿਆਨਕ ਬਿਮਾਰੀ ਲੱਗੀ ਜਿਸ ਕਾਰਨ ਹਸਪੀਟਲ ਜਾਣਾ ਪਿਆ ਇਸ ਕੰਮ ਨੂੰ ਬੰਦ ਕੀਤਾ ਗਿਆ ਪਰ ਜਦ ਕੇ ਦਾਸ ਹਸਪੀਟਲ ਤੋਂ ਦੁਆਰਾ ਵਾਪਸ ਆਇਆ ਠੀਕ ਹੋ ਕੇ ਤਾਂ ਸਿਸਟਮ ਕਾਫੀ ਫਲਪ ਹੋ ਚੁੱਕਿਆ ਸੀ ਕਿਸੇ ਪਾਸੇ ਕੋਈ ਵੀ ਰਾਹ ਨਹੀਂ ਦਿਖਦਾ ਸੀ ਇਸ ਕਰਕੇ ਇਹ ਸਿਸਟਮ ਨੂੰ ਚਲਾਉਣ ਵਾਸਤੇ ਦਾਸ ਨੇ ਪਿੰਡ ਰੰਗੀਆਂ ਵਿਖੇ ਵੀ ਇਸ ਤਰ੍ਹਾਂ ਦਾ ਇੱਕ ਸਿਸਟਮ ਆਰੰਭ ਕੀਤਾ ਰੰਗੀਆਂ ਤੋਂ ਉਪਰੰਤ ਪਿੰਡ ਬਾਸੋਂ ਚਾਸਵਾਲ ਉਸ ਜਗ੍ਹਾ ਅਕਾਲਗੜ੍ਹ ਵਿਖੇ ਇਹ ਸੇਵਾਇ ਕਰੰਭ ਕੀਤੀ ਗਈ। ਕਈ ਥਾਂ ਤੇ ਹੋਰ ਵੀ ਸੇਵਾ ਰਿਭਾਉਣ ਦੀ ਦਸ ਨੇ ਖਿੱਚਲਾ ਕੀਤੀ ਤਾਂ ਕਿ ਜੋ ਸੰਗਤਾਂ ਨੂੰ ਮਾਇਆ ਦੇ ਗੱਫੇ ਫਿਰ ਵਰਤਾਏ ਜਾਣ। ਕਰ ਭਲਾ ਹੋ ਭਲਾ ਦਾ ਮਤਲਬ ਹੀ ਸੀ ਵੀ ਹਰ ਇੱਕ ਬੰਦੇ ਦਾ ਭਲਾ ਹੋਵੇ। ਬੜੀ ਸੰਗਤ ਨੇ ਮਾਇਆ ਇਕੱਤਰ ਕੀਤੀ ਇਸ ਸਥਾਨ ਤੇ। ਬੜੇ ਲੋਕਾਂ ਦਾ ਭਲਾ ਹੋਇਆ। ਬੜਿਆਂ ਨੂੰ ਦਵਾਈ ਮਿਲੀ, ਇਲਾਜ ਫਰੀ ਕੀਤੇ ਗਏ। ਆਪਰੇਸ਼ਨ ਵੀ ਕਰਵਾਏ ਗਏ, ਹੋਰ ਵੀ ਕਾਫੀ ਚੀਜ਼ਾਂ ਕੀਤੀਆਂ ਗਈਆਂ। ਜਿਦੇ ਨਾਲ ਕਿਸੇ ਨਾ ਕਿਸੇ ਦਾ ਭਲਾ ਹੋ ਜਾਵੇ ਕਈ ਕੁੜੀਆਂ ਦੇ ਵਿਆਹ ਵੀ ਕੀਤੇ ਗਏ ਪਰ ਦਾਸ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਵੀ ਕਿਸੇ ਵੀ ਕਾਰਜ ਦੀ ਕੋਈ ਆਪਾਂ ਨੇ ਫੋਟੋ ਨਹੀਂ ਕਰਨੀ ਪਰ ਫਿਰ ਵੀ ਕੁਝ ਕਿ ਕੀਤੀ ਗਈਆਂ ਕੁਝ ਨਹੀਂ ਕੀਤੀਆਂ ਗਈਆਂ ਪਰ ਅੱਜ ਇਹ ਸਿਸਟਮ ਬਿਲਕੁਲ ਖਤਮ ਕਰਨ ਦੇ ਚੱਕਰ ਦੇ ਵਿੱਚ ਅਕਾਲ ਕੜ ਵਿਖੇ ਪਾਸਿਓਂ ਦੇ ਲੀਕ ਹੈ ਜੋ ਉਸ ਜਗ੍ਹਾ ਤੇ ਮੈਂ ਸਵੇਰੇ ਅੱਜ ਵੀਡੀਓ ਵੇਖੀ ਆ ਕਿ ਉੱਥੋਂ ਦਾ ਜੋ ਪ੍ਰਬੰਧਕ ਭਾਈ ਸਾਹਿਬ ਆਏ ਨਿਰਮਰ ਸਿੰਘ ਜੀ ਰਣਜੀਤ ਸਿੰਘ ਬਾਬਾ ਦੀ ਜੋ ਸੇਵਾ ਨਿਭਾ ਰਹੇ ਸਨ ਉਥੋਂ ਦੇ ਲੋਕਾਂ ਨੂੰ ਜਾ ਕੇ ਪਤਾ ਕਰੋ ਕਿ ਉਹ ਸਿਸਟਮ ਕਿੰਨਾ ਵਧੀਆ ਚੱਲ ਰਿਹਾ ਸੀ ਤੇ ਹਰ ਇੱਕ ਗਰੀਬ ਨੂੰ ਉਥੋਂ ਮਦਦ ਮਿਲ ਰਹੀ ਸੀ ਲੰਗਰ ਦੀ ਸੇਵਾ ਮਿਲ ਰਹੀ ਸੀ ਸਾਰਾ ਕੁਝ ਉਥੋਂ ਸਹੀ ਚੱਲ ਰਿਹਾ ਸੀ ਪਰ ਜਿਹੜੇ ਲੋਕਾਂ ਨੇ ਪਹਿਲਾਂ ਇਹ ਸਿਸਟਮ ਨੂੰ ਖਰਾਬ ਕੀਤਾ ਕੱਲ ਰਾਤੀ ਉੱਥੇ ਜਾ ਕੇ ਉਹਨਾਂ ਨੇ ਉਸ ਸੰਤ ਤੇ ਬਾਬਾ ਜੀ ਦੇ ਨਾਲ ਵੀ ਧੱਕਾ ਮੁਖੀ ਕੀਤੀ ਪਰ ਇਸ ਸਦਾਬਲੀ ਬੋਲੀ ਗਈ ਤੇ ਸਠਾਪ ਨੂੰ ਵੀ ਕਾਫੀ ਔਖੇ ਭਾਰੇ ਬਚਨ ਬੋਲੇ ਗਏ ਕੁਝ ਬੱਚਿਆਂ ਨੂੰ ਤਕਲੀਫ ਹੋਈ ਤੇ ਕੁਝ ਬੱਚੇ ਢੇੜਾ ਖਾ ਕੇ ਵੀ ਡਿੱਕ ਪਏ ਕਿਉਂਕਿ ਜਦ ਉਸ ਤਰ੍ਹਾਂ ਕਿਸੇ ਵੀ ਚੱਲਦੇ ਕੰਮ ਨੂੰ ਕੋਈ ਆਖਿਰ ਰੋਕਦਾ ਹੈ ਕਿਰਾਂ ਤੇ ਮਨ ਨੂੰ 6 ਵਜਦੀ ਹੈ ਪਰ ਹੁਣ ਇਹ ਸਾਰਾ ਕੁਝ ਮੈਂ ਚਾਹੁੰਦਾ ਸੀ ਵੀ ਕੱਲੇ-ਕੱਲੇ ਜਿਨ੍ਹਾਂ ਨੇ ਵੀ ਉਹਦੇ ਵਿੱਚ ਕੋਈ ਮਾਇਆ ਲਾਈ ਹੈ ਉਹ ਉਸ ਮਾਇਆ ਦੀ ਪਰ ਉਹ ਪਾਈ ਸਭਨਾ ਕੀਤੀ ਜਾਵੇ ਵੀ ਚਲੋ ਹਰ ਇੱਕ ਦਾ ਮਸਲਾ ਹਲਜ ਹੋ ਜਾਵੇ ਮੈਂ ਇੱਕ ਤਰੀਕ ਤੋਂ ਲੈ ਕਰਕੇ ਇਸ ਸਿਸਟਮ ਨੂੰ ਅੱਗੇ ਬਣਾਉਂਦਾ ਹੋਇਆ ਬਤ ਵਤ ਦਾ ਕਿਚਲਾਉਣ ਦਾ ਯਤਨ ਕਰ ਰਿਹਾ ਸੀ ਵੀ ਤਾਂ ਕਿ ਹਰ ਇੱਕ ਗਰੀਬ ਤੋਂ ਗਰੀਬ ਦਾ ਪੈਸਾ ਜਿਵੇਂ ਲੱਗਿਆ ਹੈ ਉਸੇ ਤਰ੍ਹਾਂ ਵੈਸੇ ਇਹ ਗੱਲ ਜਾਂਚ ਰੱਖਿਓ ਕਿਸੇ ਦਾ ਵੀ ਪੈਸਾ ਵਾਪਸ ਕਰਨ ਦਾ ਮੈਂ ਹੱਕਦਾਰ ਨਹੀਂ ਹਾਂ ਕਿਉਂਕਿ ਹਰ ਇੱਕ ਬੰਦੇ ਨੇ ਆਪੋ ਆਪਣੇ ਨਾਮ ਤੇ ਇੱਕ ਕੋਸ਼ਣ ਪੱਤਰ ਭਰਿਆ ਹੋਇਆ ਜਿਸ ਦੇ ਉੱਪਰ ਉਹਦੇ ਆਪਣੇ ਸਹਣ ਨੇ ਤੇ ਉਹਨੇ ਇਹ ਵੀ ਕਿਹਾ ਕਿ ਇਹ ਪੈਸਾ ਮੈਂ দান ਕਰ ਰਿਹਾ ਹਾਂ দান ਕੀਤਾ ਹੋਇਆ ਪੈਸਾ ਕਿਸੇ ਤੋਂ ਵੀ ਆਪਾਂ ਵਾਪਸ ਨਹੀਂ ਲੈ ਸਕਦੇ ਉਹ ਚਾਹੇ ਗੁਰੂ ਘਰ ਨੂੰ দান ਕਰੀਏ ਚਾਹੇ ਕਿਸੇ ਸਿਸਟਮ ਨੂੰ দান ਕਰੀਏ ਇਹ ਸਾਰਾ ਕੁਝ ਵੇਖਦਿਆਂ ਹੋਇਆਂ ਰਾਤੀ ਬਹੁਤ ਹੀ ਮਨ ਨੂੰ ਠੇਸ ਪਹੁੰਚੀ ਵੀ ਕਿਸ ਹਿਸਾਬ ਦੇ ਨਾਲ ਲੋਕਾਂ ਦੇ ਜਿਹੜੇ ਪੈਸੇ ਨੇ ਆਪਾਂ ਵਾਪਸ ਕਰਨੇ ਚਾਹੁੰਦਾ ਸੀ ਮੈਂ ਪਰ ਹੁਣ ਮੈਂ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ ਜਾ ਰਿਹਾ ਹਾਂ ਪ੍ਰਸ਼ਾਸਨ ਮੈਨੂੰ ਜੋ ਵੀ ਸਜ਼ਾ ਦੇਵੇਗਾ ਵੈਸੇ ਮੈਂ ਸਜ਼ਾ ਦਾ ਹੱਕਦਾਰ ਨਹੀਂ ਪਰ ਫਿਰ ਵੀ ਜੇ ਕਿਤੇ ਮੇਰੀ ਕੋਈ ਗਲਤੀ ਹੈ ਤੇ ਮੈਂ ਸਜ਼ਾ ਭੁਗਤਣ ਵੀ ਤਿਆਰ ਹਾਂ ਪਰ ਮੈਂ ਬੇਨਤੀ ਕਰਦਾ ਹਾਂ ਨਗਰ ਕੁਟੜਲੇ ਦੀ ਸੰਗਤ ਨੂੰ ਪ੍ਰਬੰਧਕਾਂ ਨੂੰ ਕਿ ਮੇਰੇ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਜਿਸ ਹਿਸਾਬ ਦੇ ਨਾਲ ਸਟੇਜ ਤੇ ਚੜਾ ਚੜਾ ਕੇ ਮੇਰੇ ਪਰਿਵਾਰ ਨੂੰ ਬਹੁਤ ਹਿਟਚ ਕੀਤਾ ਜਾ ਰਿਹਾ ਹੈ ਸੋਚ ਕੇ ਦੇਖੋ ਲੋਕੋ ਉਹ ਵੀ ਦਿਨ ਸੀ ਜਦੋਂ ਤੁਸੀਂ ਧੰਨ ਧੰਨ ਬਾਬਾ ਗੁਰਮੀਰ ਸਿੰਘ ਜੀ ਕਹਿੰਦੇ ਸੀ ਪਰ ਜਿਸ ਸਿਸਟਮ ਨੂੰ ਨਾ ਤੁਸੀਂ ਸੰਭਾਲ ਕੇ ਰੱਖਿਆ ਨਾ ਮੈਨੂੰ ਸਾਹਮਣੇ ਦਿੱਤਾ ਹੈ ਜੇ ਅੱਜ ਮੈਂ ਕਿਤੇ ਹੋਰ ਵੀ ਸਿਸਟਮ ਲਾਂਚ ਕਰਦਾ ਤਾਂ ਉੱਥੇ ਜਾ ਕੇ ਕਿ ਖਾਸ ਕਰਕੇ ਕੋਠਾਲੇ ਨੂੰ ਹੀ ਇਸ ਗੱਲ ਦੀ ਕਾਫੀ ਦਿੱਕਤ ਹੈ ਮੈਂ ਚਾਹੁੰਦਾ ਨਹੀਂ ਸੀ ਪਰ ਹੁਣ ਮੈਂ ਪ੍ਰਸ਼ਾਸਨ ਦੇ ਵੱਸ ਹੋ ਰਿਹਾ ਹਾਂ ਅੱਗੇ ਜੋ ਸਿਸਟਮ ਹੈ ਇਹ ਸਿਸਟਮ ਨੂੰ ਭਾਈ ਤੁਸੀਂ ਹੁਣ ਆਪ ਗੌਰ ਨਾਲ ਵੇਖਿਓ ਮੈਂ ਆਪਣੇ ਬੱਚਿਆਂ ਤੋਂ ਵੀ ਮਾਫੀ ਚਾਹੁੰਦਾ ਕਿ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮੈਂ ਕਦੇ ਕੋਈ ਸੁੱਖ ਨਹੀਂ ਦੇ ਸਕਿਆ ਕਿਉਂਕਿ ਬੱਚਿਆਂ ਦੀ ਖਾਤਰ ਹੀ ਦੁਨੀਆ ਤੇ ਹਰ ਇੱਕ ਬੰਦਾ ਕਰਮ ਕਰਦਾ ਹੈ ਪਰ ਜੇ ਮੇਰੇ ਮਨ ਦੇ ਵਿੱਚ ਕੋਈ ਮਾੜਾ ਖਿਆਲ ਹੁੰਦਾ ਲੋਕਾਂ ਦੇ ਪੈਸੇ ਇਕੱਠੇ ਕਰਕੇ ਮੈਂ ਭਜਣਾ ਹੁੰਦਾ ਤਾਂ ਉਹ ਸਮੇਂ ਭਜਦਾ ਜਦੋਂ ਕਰੋੜਾਂ ਰੁਪਏ ਮੇਰੇ ਕੋਲ ਪਿਆ ਸੀ ਮੈਂ ਆਪਣੇ ਬੱਚਿਆਂ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਦੇ ਸਕਿਆ ਜੀ ਦੇ ਵਿੱਚੋਂ ਸੁੱਖ ਮਾਣਨ ਹੁਣ ਵੀ ਮੈਨੂੰ ਹਰ ਇੱਕ ਬੰਦੇ ਰਹੀ ਸਵਾਲ ਆ ਵੀ ਤੇਰੇ ਬੱਚੇ ਉੱਥੇ ਲੋਕਾਂ ਨੇ ਕੈਦ ਕਰਕੇ ਰੱਖੇ ਨੇ ਮੇਰੇ ਬੱਚਿਆਂ ਨੂੰ ਰੋਜ਼ ਰਾਤ ਨੂੰ ਟੋਰਚ ਕਿਸ਼ਤਾ ਜਾਂਦਾ ਹੈ ਹਰ ਰੋਜ਼ ਰਾਤ ਨੂੰ ਘੇਟਾ ਨੂੰ ਕਰੰਟ ਲਾ ਕੇ ਚਾਰੇ ਪਾਸੇ ਦਰਵਾਜ਼ੇ ਬੰਦ ਕਰਕੇ ਆਲੇ-ਦਾਲੇ ਪਹਿਰਾ ਲਾ ਕੇ ਘੇਰ ਕੇ ਰੱਖਿਆ ਜਾਂਦਾ ਵੀ ਕਿੱਥੇ ਭੱਜਣਾ ਜਾਂ ਸੋਚ ਕੇ ਵੇਖੋ ਜਿਹੜੇ ਪਰਿਵਾਰ ਨੇ ਕਦੇ ਕਿਸੇ ਬਾਰੇ ਮਾੜਾ ਨਹੀਂ ਸੋਚਿਆ ਅੱਜ ਉਹਨਾਂ ਨੂੰ ਸਾਰਿਆਂ ਨੂੰ ਕੈਦ ਬੰਦੀ ਬਣਾ ਕੇ ਰੱਖਿਆ ਗਿਆ ਹੈ ਪਰ ਇਸਾਰਾਂ ਮੈਂ ਪ੍ਰਸ਼ਾਸਨ ਨੂੰ ਮੇਰੇ ਪਰਿਵਾਰ ਨੇ ਵੀ ਹਰ ਵੇਲੇ ਕਾਲ ਕੀਤੀ ਹੈ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਪਰ ਅੱਜ ਮੇਰਾ ਪਰਿਵਾਰ ਸਿਰਫ ਉਹ ਦਰੋਖ ਦੁਖੀ ਕਰ ਰਹੇ ਨੇ ਜਿਨ੍ਹਾਂ ਨੇ ਖੂਬ ਪੈਸਾ ਕਮਾਇਆ ਹੈ ਜਿਨ੍ਹਾਂ ਨੇ ਉਸ ਜਗ੍ਹਾ ਤੋਂ ਖੂਬ ਵੈਸੇ ਕਤਰ ਕੀਤੇ ਹਨ ਉਹੀ ਲੋਕ ਅੱਜ ਮੇਰੇ ਪਰਿਵਾਰ ਨੂੰ ਬੜਾ ਦੁੱਖ ਦੇ ਰਹੇ ਨੇ ਬੜਾ ਦੁੱਖ ਹੋ ਰਿਹਾ ਹੈ ਜਿਵੇਂ ਸਿਆਣੇ ਦੀ ਕਹਾਵਤਾਂ ਵੀ ਭਲਾ ਕਰਨ ਵਾਲੇ ਦਾ ਜੇ ਇਸੇ ਤਰ੍ਹਾਂ ਹੀ ਇਹੋ ਹਸਰ ਹੁੰਦਾ ਰਿਹਾ ਕੌਣ ਕਿਸ ਦੀ ਮਦਦ ਕਰੇਗਾ ਕੌਣ ਕਿਸੇ ਦਾ ਭਲਾ ਕਰੇਗਾ ਸਾਰਿਆਂ ਦੇ ਭਲੇ ਲਈ ਇਹ ਸਿਸਟਮ ਲਾਂਚ ਕੀਤਾ ਸੀ ਅਗਰ ਇਹ ਸਿਸਟਮ ਗਲਤ ਹੁੰਦਾ ਸੋਚ ਕੇ ਦੇਖੋ ਭਾਈ ਤੁਸੀਂ ਪੈਸਾ ਲਾਉਂਦੇ ਤੁਸੀਂ ਇਸ ਸਿਸਟਮ ਨੂੰ ਦਾਨ ਕਰਦੇ ਜੇ ਤੁਹਾਨੂੰ ਚੰਗਾ ਲੱਗਿਆ ਜਿਹੜੇ ਬੰਦੇ ਕੋਲ 365 ਰੁਪਏ ਨਹੀਂ ਸੀ ਇਹਨਾਂ ਨਿਕਲਦੇ ਇੱਕ ਦਿਨ ਦੇ ਮੰਗੇ ਸੀ ਮੈਂ ਸੰਗਤ ਤੋਂ ਲੋਕਾਂ ਨੇ ਤਿੰਨ-ਤਿੰਨ ਲੱਖ ਰੁਪਇਆ ਦਾਨ ਕਰਤਾ ਕਿਉਂ ਕਰਤਾ ਕਿਉਂਕਿ ਲਾਲਸਵਚ ਹੋ ਗਏ ਸਾਰੇ ਲੋਕ ਅੱਜ ਮੇਰੇ ਪਰਿਵਾਰ ਦੇ ਨਾਲ ਜੋ ਦੁਰਦਸ਼ਾ ਕਰ ਰਹੇ ਹਨ ਖਿਆਲ ਰੱਖਿਓ ਜਿਸ ਦਿਨ ਪਹਿਲੇ ਦਿਨ ਵੀ ਸਿਸਟਮ ਬੰਦ ਹੋਇਆ ਸੀ ਉਦਦੇ ਵੀ ਜੱਸਾ ਸੀ ਅੱਗੇ ਅੱਜ ਵੀ ਜੱਸਾ ਹੀ ਅੱਗੇ ਹੈ ਹੋਰ ਵੀ ਜਿਹੜੇ ਮੈਨੂੰ ਕਹਿੰਦੇ ਸੀ ਸੀ ਬਾਬਾ ਤੇਰੇ ਦੋਸਤਾਂ ਪਰ ਅੱਜ ਦੋਸਤਾਂ ਨੇ ਚੰਗੀ ਨਹੀਂ ਕੀਤੀ ਜੇ ਕਿਤੇ ਮੇਰੇ ਪਰਿਵਾਰ ਦਾ ਕੋਈ ਕਸ਼ੂਰ ਹੈ ਤਾਂ ਦੱਸੋ ਉਹਨਾਂ ਨੂੰ ਕੋਈ ਆਪਾਂ ਜਾਇਾਦਤ ਬਣਾ ਕੇ ਦਿੱਤੀ ਹੋਵੇ ਆਪਣਾ ਘਰ-ਬਾਰ ਬਣਾਇਆ ਹੋਵੇ ਫਿਰ ਮੈਨੂੰ ਕੋਈ ਕਹਿ ਸਕਦਾ ਵੀ ਬਾਬਾ ਤੂੰ ਤਪੜੇ ਲਈ ਬਣਾਇਆ ਜੋ ਟਰਸਟ ਦੀ ਜਗ੍ਹਾ ਬਣੀ ਸੀ ਉਹ ਵੀ ਉਹਨਾਂ ਲੋਕਾਂ ਨੇ ਵਾਪਸ ਲੈ ਲਈ ਜਿਉਂਕਿ ਉਹਨਾਂ ਨੂੰ ਪੈਸੇ ਨਹੀਂ ਦੇ ਸਕਿਆ ਮੈਂ ਜੋ ਮੈਂ ਮੁੱਲ ਖਰੀਦੀ ਹੁੰਦੀ ਤਾਂ ਅੱਜ ਮੈਂ ਉਥੇ ਡਟ ਕੇ ਬੈਠ ਸਕਦਾ ਉਹਨੂੰ ਵੇਚ ਕੇ ਵੀ ਮੈਂ ਲੋਕਾਂ ਨੂੰ ਪਰ ਮੋੜਾ ਕਿੱਥੋਂ ਜਦੋਂ ਤੁਸੀਂ ਆਪਣੇ ਆਪ ਸਾਰਾ ਕੁਝ ਲਿਖ ਕੇ ਦਿੱਤਾ ਹੋਇਆ ਹੈ ਮੈਂ ਪਹਿਲਾਂ ਇੱਕ ਗੱਲ ਹੋਰ ਕਰ ਦੇਵਾਂ ਜਿਸ ਪੈਸੇ ਨੂੰ ਤੁਸੀਂ ਜਮ੍ਹਾਂ ਕਰਾਇਆ ਨਾ ਤਾਂ ਮੈਨੂੰ ਕਿਸੇ ਨੇ ਜਮ੍ਹਾਂ ਕਰਾਏ ਨਹੀਂ ਨਾ ਮੇਰੇ ਪਰਿਵਾਰ ਕੋਲੋਂ ਕਿਸੇ ਨੇ ਜਮ੍ਹਾਂ ਕਰਵਾਏ ਨਹੀਂ ਸਾਰਾ ਪ੍ਰਬੰਧਕ ਉਥੋਂ ਦੇ ਦੇਖਣ ਵਾਲੇ ਜਿਹੜੇ ਸੇਵਾਦਾਰ ਨੇ ਪ੍ਰਧਾਨ ਜੀ ਖਜ਼ਾਨਚੀ ਸਾਹਿਬ ਅਜੈਬ ਸਿੰਘ ਜੀ ਕਿ ਤਿੰਨੇ ਜਾਣੇ ਇਹਨਾਂ ਦੇ ਹੱਥੇ ਸਾਰਾ ਪੈਸੇ ਇਕੱਤਰ ਹੋਇਆ ਇਹਨਾਂ ਨੇ ਹੀ ਵੰਡੇ ਨੇ ਕੋਈ ਮੈਨੂੰ ਕਹਿ ਕੇ ਦਿਖਾਵੇ ਵੀ ਬਾਬੇ ਨੇ ਆ ਥਾਂ ਤੇ ਪੈਸੇ ਬੈਠ ਕੇ ਵੰਡੇ ਜੋ ਕੁਝ ਕਰਦਾ ਸਿਸਟਮ ਹੀ ਕਰਦਾ ਹੁੰਦਾ ਸੋ ਬੇਨਤੀ ਹੈ ਮੇਰੀ ਭਾਈ ਮੈਂ ਹੁਣ ਪਰ ਸੱਚ ਜਾਣਿਓ ਭਲਾ ਕਰਨ ਵਾਲੇ ਦਾ ਹਮੇਸ਼ਾ ਲੋਕ ਕਹਿੰਦੇ ਨੇ ਵੀ ਕਰ ਪਲਾਹੋ ਪਲਾਂਤ ਭਲੇ ਦਾ ਪਲਾ ਮੈਂ ਪਲਾ ਕਰਨਾ ਚਾਹਿਆ ਸੀ ਮੇਰੇ ਨਾਲ ਜੋ ਕੁਝ ਹੋਇਆ ਜਾਣਦੇ ਹਾਂ ਅਕਾਲਗੜ ਵਿਖੇ ਜੋ ਬਾਬਾ ਨਿਰਮਰ ਸਿੰਘ ਨੂੰ ਰਾਤ ਨੂੰ ਲੈ ਕੇ ਆਏ ਨੇ ਉਹਦਾ ਹਜੇ ਤੱਕ ਮੈਨੂੰ ਕੋਈ ਪਤਾ ਨਹੀਂ ਲੱਗਿਆ ਉਸ ਅਸਥਾਨ ਤੇ ਜਿਹੜਾ ਸਿਸਟਮ ਚੱਲ ਰਿਹਾ ਸੀ ਬੜਾ ਹੀ ਵਧੀਆ ਚੱਲ ਰਿਹਾ ਸੀ ਉੱਥੋਂ ਦੇ ਲੋਕਾਂ ਦੇ ਨਾਲ ਜਿਹੜੇ ਪ੍ਰਬੰਧਕ ਸੀ ਉਹਨਾਂ ਨੂੰ ਵੀ ਬੜਾ ਬੁਰਾ ਪਲਾ ਬੋਲ ਕੇ ਇਹ ਲੋਕ ਉੱਥੋਂ ਬਾਬਾ ਜੀ ਨੂੰ ਲਿਆਏ ਨੇ ਰਾਤ ਨੂੰ ਲੈ ਕੇ ਆਏ ਨੇ ਜੋ ਵੀ ਉੱਥੋਂ ਦਾ ਪੈਸਾ ਟਕਾ ਸੀ ਸਭ ਕੁਝ ਚੱਕ ਲੈਣੇ ਹੁਣ ਮੈਨੂੰ ਦੱਸੋ ਫਿਰ ਕਿਸ ਸਾਹਿਬ ਦੇ ਨਾਲ ਇਹਨਾਂ ਲੋਕਾਂ ਦਾ ਮੈਂ ਪਲਾ ਕਰ ਸਕਦਾ ਜਿਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਵੀ ਜੇ ਕਿਤੇ ਕੋਈ ਕੰਮ ਚੱਲਦਾ ਤਾਂ ਹੀ ਜਾ ਕੇ ਕਿਸੇ ਦਾ ਪਲਾ ਹੋ ਸਕਦਾ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਵੀ ਅਕਾਲਗੜ ਵਿਖੇ ਜੋ ਭਾਸੋਂ ਦੇ ਰਿਹੜੇ ਇਹ ਸਿਸਟਮ ਚੱਲ ਰਿਹਾ ਹੈ ਬ੍ਰਾਂਚ ਹੈ ਦਾਹੇ ਦੀ ਹੋਰ ਵੀ ਜਿੰਨੇ ਬ੍ਰਾਂਚਾਂ ਨੇ ਉਥੋਂ ਕਿਸੇ ਨੂੰ ਕੋਈ ਵੀ ਤਕਲੀਫ ਨਾ ਦਿੱਤੀ ਜਾਵੇ ਉਹ ਸਿਸਟਮ ਜਿਵੇਂ ਚੱਲਦਾ ਹੈ ਉਹਨੂੰ ਚੱਲਣ ਦਿਓ ਤਾਂ ਕਿ ਪਲਾ ਹੋ ਜਾਣ ਦਿਓ ਚਲੋ ਨਹੀਂ ਕੋਈ ਲੋਕ ਆਪਣੇ ਸਮੇਂ ਦੀ ਉਹ ਗੱਲ ਵੱਖਰੀ ਆ ਉੱਥੋਂ ਦੇ ਲੋਕਾਂ ਨੂੰ ਕੋਈ ਵੀ ਜਾ ਕੇ ਪੁੱਛ ਸਕਦਾ ਹੈ ਕਿਸੇ ਦਾ ਵੀ ਕੋਈ ਵੀ ਪੈਸਾ ਕਿਸੇ ਕੋਈ ਨਹੀਂ ਰਹਿੰਦਾ ਹੋਵੇ ਜਾਂ ਕਿਸੇ ਦਾ ਦੱਬਿਆ ਹੋਵੇ ਤਾਂ ਦਾਸ ਵੀ ਦੇਣਦਾਰ ਹੈ ਪਰ ਜਿਨ੍ਹਾਂ ਨੇ ਰਹਿ ਕੇ ਜਿੱਤ ਤੱਕ ਕੋਈ ਵੀ ਪੈਸਾ ਲੈਣ ਦਾ ਹੱਕਦਾਰ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ